ਅਸਲਾਮ ਵਾਲੇਕੁਮ ਜੀ, ਬਸ ਕੀ ਹਾਲ ਚਾਲ ਹੈ? ਉਮੀਦ ਕਰਨਾ ਤੁਸੀਂ ਖੈਰੀਅਤ ਨਾਲ ਹੋਵੋ ਤੇ ਜਿੱਥੇ ਵੀ ਹੋਵੋ ਤੇ ਖੁਸ਼ ਹੋਵੋ ਤੇ ਮੈਂ ਜੀ ਅਮਰੇ ਵਾਲਾ ਤੁਹਾਡਾ ਆਪਣੀ ਵੀਡੀਓ ਵਿੱਚ ਵੈਲਕਮ ਕਰਨਾ। ਅੱਜ 17th July 2024 ਤੇ ਰਾਤ ਦੇ ਵੱਜ ਗਏ ਨੇ ਪੂਰੇ 12 ਤੇ ਮੈਂ ਜਿਹੜਾ ਉਹ ਯਾਰਡ ਵਿੱਚ ਅੱਜ ਵਲੋਗ ਨਹੀਂ ਸ਼ੁਰੂ ਕਰ ਸਕਿਆ ਕਿਉਂਕਿ ਮੈਂ ਲੇਟ ਹੋ ਗਿਆ। ਮੈਂ ਕਿਹਾ ਹੁਣ ਜਾ ਕੇ ਉੱਥੇ ਐਮਾਜ਼ੋਨ ਦੇ ਡੈਪੋ ਵਿੱਚ ਟ੍ਰੇਲਰ ਚੁੱਕ ਕੇ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਨੀ ਆ। ਤੇ ਆਈਏ ਫਿਲਹਾਲ ਟ੍ਰੇਲਰ ਮੈਨੂੰ ਕੋਈ ਨਹੀਂ ਲੱਭਾ। ਉਹ ਆਖਦੇ ਨੇ ਕਿ ਉੱਥੇ ਜਾ ਕੇ ਵੇਟ ਕਰੋ, ਜੇ ਉੱਥੇ ਟ੍ਰੇਲਰ ਹੋਇਆ ਤਾਂ ਠੀਕ, ਨਹੀਂ ਤਾਂ ਉਸੇ ਜਗ੍ਹਾ ਤੁਸੀਂ ਵੇਟ ਕਰੋ ਟ੍ਰੇਲਰ ਜਿਹੜਾ ਉਹ ਸੈਂਟਰ ਲੈ ਕੇ ਆਉਂਦਾ। ਅਤੇ ਉਸ ਤੋਂ ਬਾਅਦ ਫਿਰ ਅੱਜ ਦਾ ਰੂਟ ਜਿਹੜਾ ਉਹ ਹੈ ਜਨਾਬ BHX-4 ਕੰਟਰੀ ਵਿੱਚ ਇਸ ਟਾਈਮ ਮੈਂ ਖਲੋਤੇ ਹਾਂ। ਅਤੇ ਅੱਜ ਇੱਥੋਂ ਟ੍ਰੇਲਰ ਜਿਹੜਾ ਉਹ ਲੋਡਡ ਚੁੱਕਣਾ ਅਤੇ ਉਹ ਅਸੀਂ ਲੈ ਕੇ ਜਾਣਾ ਬ੍ਰਿਸਟਲ BRS-1। ਉਸ ਤੋਂ ਬਾਅਦ ਉੱਥੇ ਇਹ ਟ੍ਰੇਲਰ ਡਰਾਪ ਕਰਨਾ, ਉੱਥੋਂ ਲੋਡਡ ਇੱਕ ਹੋਰ ਟ੍ਰੇਲਰ ਚੁੱਕਣਾ, ਉਹ ਵਾਪਸ ਲੈ ਕੇ ਆਉਣਾ ਬਰਮਿੰਗਮ ਟਾਈਜਲੀ ਏਰੀਆ B-11 ਵਿੱਚ। ਅਤੇ ਉਸ ਤੋਂ ਬਾਅਦ ਫਿਰ ਉੱਥੋਂ ਟ੍ਰੇਲਰ ਹਾਲੀ ਕਰਕੇ ਅਤੇ ਹਿੰਕਲੀ BHX-7 ਵਿੱਚ ਜਾ ਕੇ ਅਤੇ ਉਹ ਡਰੋਪ ਕਰਨਾ। ਅੱਜ ਇਹ ਹੀ ਰੂਟ ਹੈ ਸਾਡਾ, 3 ਡਰੋਪ ਬਣਦੇ ਨੇ, ਬਲਕਿ 4 ਬਣਦੇ ਨੇ ਟੋਟਲ। ਪਹਿਲਾ ਇਹ ਹੈ, ਦੂਜਾ ਬ੍ਰਿਸਟਲ, ਤੀਜਾ ਬਰਮਿੰਗਮ ਟਾਈਜਲੀ ਅਤੇ ਚੌਥਾ ਜਿਹੜਾ ਉਹ BHX-7 ਹਿੰਕਲੀ। ਅਤੇ ਇਹ ਅੱਜ ਦੇ ਡਰੋਪ ਨੇ। ਅਤੇ ਚਲੋ ਵੇਟ ਕਰਨਾ ਵਾ ਮੈਂ ਇਹਦਾ ਟ੍ਰੇਲਰ ਦਾ, ਟ੍ਰੇਲਰ ਜੋੜ ਕੇ ਯਾਨੀ ਪਿੱਕ ਕਰਕੇ ਅਤੇ ਫਿਰ ਤੁਹਾਡੇ ਨਾਲ ਜਿਹੜਾ ਅਗਲੀ ਗੱਲਬਾਤ ਕਰਨੀ ਆ ਅੱਜ ਦੀ। ਇਹ ਹੈ ਜੀ ਸੈਂਟਰ ਟਰੱਕ, ਇਹ ਡੈਪੋ ਵਿੱਚ ਟ੍ਰੇਲਰ ਅਗਾਂਹ ਪਿੱਛਾ ਮੂਵ ਕਰਨ ਦੇ ਕੰਮ ਆਉਂਦਾ। ਇਹ ਛੋਟਾ ਜਿਹਾ ਟਰੱਕ ਜਿਹੜਾ ਉਹ ਬਣਿਆ ਅਤੇ ਇਹ ਸਿਰਫ ਡੈਪੋ ਦੇ ਅੰਦਰ ਅੰਦਰ ਚੱਲਦਾ ਟ੍ਰੇਲਰ ਅਗਾਂਹ ਪਿੱਛਾ ਮੂਵ ਕਰਨ ਵਾਸਤੇ। ਅਤੇ ਇਹਨੇ ਇਸੇ ਬੰਦੇ ਲੈ ਕੇ ਆਉਣਾ ਟ੍ਰੇਲਰ, ਇੱਥੇ ਆਇਆ ਕੋ ਨਹੀਂ। ਪੂਰੇ ਹੀ ਘੰਟੇ ਦੀ ਬਾਅਦ ਜਾ ਕੇ ਅਤੇ ਆਪੋ ਪਤਾ ਕਰਨਾ ਪਿਆ ਅਤੇ ਕਹਿੰਦੇ ਨੇ ਕਿ ਸੈਂਟਰ ਨੂੰ ਜਿਹੜਾ ਉਹ ਤਕਲੀਫ ਹੋ ਰਹੀ ਹੈ, ਯਾਨੀ ਜ਼ਿਆਦਾ ਬਿਜ਼ੀ ਨੇ ਅਤੇ ਉਹ ਤੁਹਾਨੂੰ ਆਪੋ ਹੀ ਜਾ ਕੇ ਚੁੱਕਣਾ ਪੈਣਾ। ਅਤੇ ਮੈਂ ਕਿਹਾ ਮੈਨੂੰ ਪਹਿਲੇ ਦੱਸ ਲੈਣਾ, ਮੈਂ ਆਪੋ ਆ ਕੇ ਚੁੱਕ ਲੈਂਦਾ ਉੱਥੋਂ। ਅਤੇ ਹੁਣ ਜਾ ਕੇ ਅਤੇ ਲੋਡਿੰਗ ਬੇ ਜਿੱਥੇ ਪਾਰਕ ਹੋਏ ਉੱਥੇ ਜਾ ਕੇ ਤਾਂ ਆਪੋ ਚੁੱਕਣਾ ਪੈਣਾ। ਲਓ ਜੀ ਟ੍ਰੇਲਰ ਮਿਲ ਗਿਆ ਸਾਨੂੰ, ਮਸਾਂ ਹੀ ਜੁੜਿਆ ਅਤੇ ਸਾਰੀਆਂ ਚੀਜ਼ਾਂ ਚੈੱਕ ਚੁੱਕ ਕਰ ਲਈਆਂ, ਨੰਬਰ ਪਲੇਟ ਲੱਗ ਗਈ ਹੈ, ਸੀਲ ਆਲਰੇਡੀ ਲੱਗੀ ਹੈ ਅਤੇ ਲਾਈਟਾਂ ਲੁਕਾਂ ਇਹਦੀਆਂ ਚੱਲ ਰਹੀਆਂ, ਚੰਗਾ ਹੀ ਲੱਗ ਰਿਹਾ, ਕੋਈ ਫਾਲਟ ਵਗੈਰਾ ਨਜ਼ਰ ਨਹੀਂ ਆ ਰਿਹਾ। ਅਤੇ ਚੱਲ ਨਿਕਲਦੇ ਹਾਂ, ਨਾਲ ਲੈ ਕੇ ਆਲਰੇਡੀ ਲੇਟ ਹੋਏ ਹਾਂ, ਇਹ 3:30 ਤੱਕ ਉੱਥੇ ਪਹੁੰਚਣਾ, ਪਤਾ ਨਹੀਂ ਕਿੰਨਾ ਟਾਈਮ ਲੱਗਦਾ ਜਾਣੇ। ਲਓ ਜੀ ਟ੍ਰੇਲਰ ਚੁੱਕ ਲਿਆ ਸੀ ਅਤੇ ਮੈਂ ਆ ਚੁੱਕਿਆ ਬਾਹਰ ਹੁਣ ਡੈਪੋ 'ਤੇ, ਇੱਥੋਂ ਕੰਟਰੀ 'ਤੇ ਅਤੇ ਬ੍ਰਿਸਟਲ ਜਾਣਾ ਹੁਣ। 1:18 ਹੋ ਗਏ ਅਤੇ ਅਸੀਂ ਉੱਥੇ 3:57 'ਤੇ ਪਹਿਲੇ ਪਹਿਲੇ ਪਹੁੰਚਣਾ, ਯਾਨੀ 4 ਦੇ ਪਹਿਲੇ ਪਹਿਲੇ, ਅਤੇ ਤਕਰੀਬਨ ਮੀਂਹ ਤੱਕ ਪਹੁੰਚ ਜਾਂਦੇ ਅਸੀਂ ਉਸ ਟਾਈਮ ਤੱਕ, ਅਤੇ 96 ਮਾਈਲ ਆਲ ਟੁਗੈਦਰ। ਅਤੇ ਚਲੋ ਚੱਲਦੇ ਹਾਂ ਬ੍ਰਿਸਟਲ, ਅਤੇ ਬਾਕੀ ਹੁਣ ਹਨੇਰੇ ਵੀ ਤੁਹਾਨੂੰ ਕੀ ਵਹਾਣਾ ਮੈਂ, ਅਤੇ ਉੱਥੇ ਜਾ ਕੇ ਇਨਸ਼ਾਅੱਲਾ ਥੋੜ੍ਹਾ ਜਿਹਾ ਚੜ੍ਹਨਾ ਹੁੰਦਾ ਅਤੇ ਫਿਰ ਗੱਲਬਾਤ ਕਰਨਾ ਜੇ ਉੱਥੇ ਸਾਨੂੰ ਟਾਈਮ ਲੱਭਾ, ਅਤੇ ਫਿਰ ਨਹੀਂ ਤਾਂ ਫਿਰ ਅਗਲੀ ਵੀਡੀਓ ਵਿੱਚ। ਅੱਜ ਵੈਸੇ ਵੀ ਥੋੜ੍ਹਾ ਜਿਹਾ ਲੇਟ ਹੋਏ ਹਾਂ, ਮਾਜ਼ਰਤ।
ਲੋਹੇ ਸਰਕਾਰ 4:14 'ਤੇ ਅਸੀਂ ਬ੍ਰਿਸਟਲ ਵਿੱਚ ਟ੍ਰੇਨਰ ਡਰਾਫਟ ਪਹੁੰਚ ਗਏ ਅਤੇ ਹੁਣ ਜਾਣਾ ਹੈ ਆਫਿਸ ਵਿੱਚ ਅਤੇ ਆਫਿਸ ਜਾ ਕੇ ਪਤਾ ਕਰਨਾ ਕਿ ਨੈਕਸਟ ਟਰਨ ਜਿਹੜਾ ਉਹ ਕਿਸ ਟਾਈਮ ਰੈਡੀ ਹੈ ਪਹਿਲਾਂ ਅਤੇ ਫਿਰ ਅਗਲੀ ਕਾਰਨ ਬੜੀ ਮੁਸ਼ਕਲ ਨਾਲ ਪਹੁੰਚਿਆ ਸਾਰੇ ਮੋਟਰ ਵੀ ਬੰਦ ਹੈ M5 ਵੀ ਬੰਦ ਆ 2-3 ਜੰਕਸ਼ਨ ਉਹਦੇ ਅਤੇ ਸਾਰਾ ਲੋਕਲ ਸਫ਼ਰ ਕਰਕੇ ਤਕਰੀਬਨ 30-35 ਮਿੰਟ ਜਿਹੜੇ ਮੈਨੂੰ ਐਕਸਟਰਾ ਲੱਗ ਗਏ ਬਾਅਦ ਫਿਰ ਵੀ ਔਨ ਟਾਈਮ ਪਹੁੰਚ ਗਿਆ ਮੈਂ 3:57 ਤੋਂ ਪਹਿਲੇ ਪਹੁੰਚਣਾ 4 ਵਜੇ ਪਹੁੰਚ ਗਿਆ ਚਲੋ ਪਤਾ ਕਰਨੇ ਅਗਲੇ ਟ੍ਰੇਲਰ ਦਾ ਅਤੇ ਕਿੰਨਾ ਕੁ ਟਾਈਮ ਲੱਗੇਗਾ ਸਰਕਾਰ 4:30 ਆਉਣ ਵਾਲੇ ਨੇ ਅਤੇ ਚਾਬੀ ਉਹਨਾਂ ਦਾ ਲਈ ਆਫਿਸ ਵਾਲਿਆਂ ਨੇ ਅਤੇ ਇਹ ਟਰੈਕਟਰ ਜਿਹਨਾਂ ਨੇ ਇੱਥੇ ਪਾਰਕ ਕੀਤੇ ਆ ਆਫਿਸ ਦੇ ਸਾਹਮਣੇ ਅਤੇ ਉਹਨਾਂ ਆਇਆ ਫੁੱਲ ਥਰੂ ਦਿੱਤਾ ਫਿਰ ਡਿਵਾਈਸ ਸਿਸਟਮ ਵਾਈਬ੍ਰੇਟ ਹੋਵੇ ਇਹਦੀ ਅਤੇ ਅੰਦਰ ਲੈ ਕੇ ਜਾਣਾ ਅਤੇ ਪੰਜਾਬੀ ਛਾਬੀ ਦੇਣ ਦੇ ਨਾਲ ਪੇਪਰ ਵਰਕ ਜਾਂ ਸੀਲ ਜੋ ਕੁ ਦਿੰਦੇ ਨੇ ਅਤੇ ਮੈਂ ਕਾਫੀ ਲੈਂਦੀ ਕਾਫੀ ਪੀ ਕੇ ਮੈਂ ਚਾਸਰਾ ਲਾਣੀ ਅੱਖ ਕਿਉਂਕਿ ਨਿੰਦਰ ਭੋਗ ਡਾਡੀ ਆਈ ਅਤੇ ਫਿਰ ਚੋਣ ਮਿਲਣੇ ਆ ਟ੍ਰੇਲਰ ਲੈ ਕੇ ਹਾਂਜੀ ਸਰਕਾਰ 5 ਵੱਜ ਗਏ ਨੇ ਅਤੇ ਸੀਲ ਅਤੇ ਚਾਬੀ ਮੈਨੂੰ ਦੇ ਗਏ ਨੇ ਮੈਂ ਚੱਲਾਂ ਹੁਣ ਟ੍ਰੇਲਰ ਪੀਕ ਕਰਨ ਅਤੇ ਉਸ ਤੋਂ ਬਾਅਦ ਫਿਰ ਨਿਕਲਣੇ ਆ ਬਰਮਿੰਗਮ ਵਾਸਤੇ ਬਰਮਿੰਗਮ ਟ੍ਰੈਜਡੀ ਵਿੱਚ ਖੜ੍ਹਨਾ ਟ੍ਰੈਜਡੀ ਵੀ ਡੈਪੂ ਨਵਾਂ ਬਣਿਆ ਤਕਰੀਬਨ 100 ਡੇਢ ਹੋਇਆ ਅਤੇ ਉੱਥੇ ਟ੍ਰੇਲਰ ਜਿਹੜਾ ਉਹ ਲੈ ਕੇ ਜਾਣਾ ਉੱਥੇ ਟ੍ਰੇਲਰ ਅਨਲੋਡ ਕਰਨਗੇ ਹਾਲੀ ਟ੍ਰੇਲਰ ਫਿਰ ਅਸੀਂ ਹਿੰਕਲੀ ਜਾ ਕੇ ਛੱਡਣਾ ਅਤੇ ਫਿਰ ਜੋਬ ਡਨ ਅਤੇ ਰਾਤ ਦੀ ਸ਼ਿਫਟ ਜਿਹੜੀ ਰਾਤ ਦੀ ਸ਼ਿਫਟ ਵਿੱਚ ਸਿਰਫ 2 ਮਸਲੇ ਨੇ ਇੱਕ ਨੀਂਦਰ ਦਾ ਅਤੇ ਦੂਜਾ ਰੋਡ ਵਰਕ ਦਾ ਰੋਡ ਵਰਕ ਹੁੰਦਾ ਰੋਡ ਬੰਦ ਹੁੰਦੇ ਨੇ ਫਿਰ ਲੋਕਲ ਜਾਣਾ ਪੈਂਦਾ ਨਾਈਟ ਸ਼ਿਫਟ ਵੀ ਸਿਰਫ ਇਹੀ ਸਿਆਪਾ ਬਣਦਾ ਕਿ ਜਿਹੜੇ ਰੋਡ ਬੰਦ ਕਰ ਛੱਡਦੇ ਟ੍ਰੈਫਿਕ ਕੋਈ ਨਹੀਂ ਹੁੰਦੀ ਲੇਕਿਨ ਉਸ ਤੋਂ ਬਾਅਦ ਜਿਹੜਾ ਦਿਹਾੜ ਦੀ ਜਿਹੜੀ ਨੀਂਦਰ ਪਾਉਂਦੀ 12 ਘੰਟੇ ਵੀ ਸੁੱਤੇ ਰਹੋ ਅਤੇ ਰਾਤੀ ਨੀਂਦਰ ਤੁਹਾਨੂੰ ਆਉਣੀ ਹੀ ਆਉਣੀ ਕਿਉਂਕਿ ਨੈਚੁਰਲ ਚੀਜ਼ ਆ ਅਸੀਂ ਨੇਚਰ ਦੇ ਓਪੋਜਿਟ ਤੁਰ ਰਹੇ ਹਾਂ ਰਾਤੀ ਜਿਹੜਾ ਅਸੀਂ ਕੰਮ ਕਰਨੇ ਹਾਂ ਅਤੇ ਦਿਹਾੜੀ ਸੋਨੇ ਹਾਂ ਦਿਹਾੜੀ ਨੀਂਦਰ ਪੈਂਦੀ ਕਿਉਂ ਨਹੀਂ ਭਾਵੇਂ ਅਸੀਂ 12 ਘੰਟੇ ਸੁੱਤੇ ਰਹੋ ਲਓ ਜੀ ਟ੍ਰੇਲਰ ਹੁੱਕਅਪ ਕਰਕੇ ਮੈਂ ਬਾਹਰ ਆ ਗਿਆ ਅਤੇ ਹੁਣ ਮੈਂ ਜਾ ਰਿਹਾ ਵਾਪਸ ਬਰਮਿੰਗਮ ਅਤੇ ਉੱਥੇ ਜਾ ਕੇ ਟ੍ਰੇਲਰ ਡਰੋਪ ਕਰਨਾ ਅਤੇ ਤਕਰੀਬਨ 8:00 ਤੱਕ ਮੈਂ ਜਿਹੜਾ ਉਹ ਬਰਮਿੰਗਮ ਪਹੁੰਚ ਜਾਂਦਾ ਲਓ ਜੀ 8:10 ਹੋ ਗਏ ਨੇ ਅਤੇ ਮੈਂ ਟ੍ਰੇਲਰ ਪਾਰਕ ਕਰ ਛੱਡਿਆ ਇੱਥੇ ਅਨਲੋਡਿੰਗ ਕਰਦੇ ਨੇ ਪਿਓ ਹੁਣ ਟਾਈਜਲੀ ਜਿਹੜਾ ਡੈਪੋ ਹੈ ਐਮਾਜ਼ੋਨ ਦਾ ਅਤੇ ਇਹ ਹੁਣ ਹਾਲੀ ਕਰ ਲੈਂਦੇ ਨੇ ਅਤੇ ਫਿਰ ਅਸੀਂ BHX7 ਹਿੰਕਲੀ ਵੀ ਜਾ ਕੇ ਅਤੇ ਇਹ ਹਾਲੀ ਟ੍ਰੇਲਰ ਜਿਹੜਾ ਉਹ ਡਰੋਪ ਕਰਨਾ ਅਤੇ ਬਾਕੀ ਮੌਸਮ ਤੁਹਾਡੇ ਸਾਹਮਣੇ ਧੁੱਪ ਛੁੱਪ ਨਿਕਲੀ ਹੈ ਸੁਬਹਾ ਜਿਸ ਟਾਈਮ ਧੁੱਪ ਲੱਗਦੀ ਉਸ ਟਾਈਮ ਨਾ ਬਿਲਕੁਲ ਡਰਾਈਵਿੰਗ ਹੁੰਦੀ ਕਿਉਂ ਨਹੀਂ ਮੰਤ ਨੀਂਦਰ ਆਉਣ ਲੱਗ ਪੈਂਦੀ ਤੁਹਾਡਾ ਪਤਾ ਨਹੀਂ ਕੀ ਹਾਲ ਹੁੰਦਾ ਹੁਣ ਅਤੇ ਜਦੋਂ ਵੀ ਧੁੱਪ ਨਿਕਲਦੀ ਹੈ ਨਾ ਜੇਕਰ ਨੌਣ ਨਿਕਲੀ ਸੁਸਤੀ 'ਚ ਚੜ ਜਾਂਦੀ ਮੇਰੇ ਕੋਲ ਡਰਾਈਵ ਹੁੰਦੀ ਹੀ ਨਹੀਂ ਲਓ ਜੀ 8:30 ਦਾ ਟਾਈਮ ਹੋ ਗਿਆ ਅਤੇ ਟ੍ਰੇਲਰ ਜਿਹੜਾ ਉਹ ਹਾਲੀ ਹੋ ਗਿਆ ਮੈਂ ਬਾਹਰ ਆ ਗਿਆ ਅਤੇ ਹੁਣ ਜਿਹੜਾ ਮੈਂ ਜਾ ਰਿਹਾ BHX7 ਉਹਨੂੰ ਜਾ ਕੇ ਟ੍ਰੇਲਰ ਡਰੋਪ ਕਰੀਏ ਹਾਲੀ ਅਤੇ ਉਸ ਤੋਂ ਬਾਅਦ ਫਿਰ ਯੂਨਿਟ ਨੂੰ ਡਰੋਪ ਕਰਨਾ ਯਾਰਡ ਵਿੱਚ ਫਿਰ ਵਲੋਗ ਦਾ ਐਂਡ ਕਰਨੇ
ਲੋ ਜੀ ਮੈਂ ਇੱਥੇ ਰੁਕਿਆ ਸਰਵਿਸ 'ਤੇ। ਮੈਂ ਕਿਹਾ ਕੱਲ੍ਹ ਰਾਤੀ ਤੇਲ ਪਾਉਣ ਲੱਗੇ ਤੇਰੇ ਕੋਲ ਨਹੀਂ ਫਿਲ ਕਰਾ ਲਿਆ, ਰਾਤੀ ਭੱਜਣ ਨਹੀਂ ਹੁੰਦਾ ਤੈਨੂੰ, ਮੈਂ ਪੂਰਾ ਟਾਈਮ ਲੈ ਕੇ ਨਿਕਲਣਾ ਅਤੇ ਪਹਿਲੇ ਅੰਦਰ ਕਾਰਡ ਦੇ ਵੀ ਫਿਰ ਜਾ ਕੇ ਅਤੇ ਫਿਰ ਫਿਲ ਕਰ ਲਈ। ਕਾਰਡ ਜਿਹੜਾ ਪਹਿਲੇ ਦੇ ਗਿਆ ਵੀਰ, ਕਿਉਂਕਿ ਇਹਨਾਂ ਭੱਜ ਫਿਲ ਕਰਾ ਲਵੋ ਅਤੇ ਕਾਰਡ ਸਾਹਿਬ ਚੱਲਣੀ ਨਾ, ਅਤੇ ਇਸ ਵਾਸਤੇ ਪਹਿਲੇ ਚੈੱਕ ਕਰਾਏ ਇਹਦੇ ਵਿੱਚ ਚੱਲਦਾ ਵੀ ਹੈ ਕਿ ਨਹੀਂ, ਅਤੇ ਫਿਰ ਤੇਲ ਪਾਈਦਾ। ਚਲੋ ਪਹਿਲੇ ਤਾਂ ਡੀਜ਼ਲ ਫਿਲ ਕਰਨੇ ਆ, ਫਿਰ ਡੈਪੋ ਵੱਲ ਚੱਲਣੇ। ਲੋ ਜੀ ਡੀਜ਼ਲ ਹੋ ਗਿਆ ਫੁੱਲ, ਲੈਟਸ ਗੈਟ ਬੈਕ ਔਨ ਦਾ ਰੋਡ। ਹਾਂ ਜੀ ਦੋਸਤੋ, ਟ੍ਰੇਲਰ ਡਰਾਪ ਕਰ ਛੱਡਿਆ BHX 7 ਵਿੱਚ, ਅਤੇ ਹੁਣ ਜਾ ਰਿਹਾ ਮੈਂ ਯਾਰਡ ਵੱਲ, ਉੱਥੇ ਜਾ ਕੇ ਯੂਨਿਟ ਖਲਵਾਵਾਂਗਾ ਅਤੇ ਫਿਰ ਫਿਨਿਸ਼ ਕਰਾਉਂਦਾ ਕੰਮ। ਅਤੇ ਟਾਈਮ ਤਕਰੀਬਨ ਜਿਹੜਾ ਉਹ 10 ਵੱਜ ਗਏ ਨੇ, ਅਤੇ ਕਾਰ ਪਹੁੰਚਦਾ ਤਕਰੀਬਨ 10:30 ਵੱਜ ਗਏ। ਅਤੇ ਉਮੀਦ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ। ਵੀ ਅੱਜ ਦਾ ਵਲੌਗ ਇੱਥੇ ਕਰਨੇ ਐਂਡ, ਅਤੇ ਹੱਸਦੇ ਰਹੋ, ਵਸਦੇ ਰਹੋ, ਦੁਆਵਾਂ ਯਾਦ ਰੱਖਿਓ, ਅਤੇ ਜਿਹਨਾਂ ਚੈਨਲ ਲਈ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ। ਇਨਸ਼ਾਅੱਲਾ ਮਿਲਦੇ ਨੈਕਸਟ ਵੀਡੀਓ ਵਿੱਚ, ਤਬ ਤੱਕ ਅੱਲਾ ਹਾਫਿਜ਼।